ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵਿਛੋੜੇ ਬਾਰੇ ਜਦੋਂ ਸਰਸਾ ਨਦੀ ਦੇ ਕੰਢੇ ਤੇ ਮਹਾਰਾਜ ਦਾ ਪਰਿਵਾਰ ਨਾਲ ਵਿਛੋੜਾ ਪਿਆ ਉਦੋਂ ਪੰਜ ਕੂਰ ਸਿੰਘ ਮਹਾਰਾਜ ਜੀ ਦੇ ਨਾਲ ਸਨ ਮਹਾਰਾਜ ਦਾ ਪਰਿਵਾਰ ਵੀ ਉਹਨਾਂ ਨਾਲ ਹੀਗਾ ਪਰ ਜੇ ਕਿਹਾ ਜਾਵੇ ਵੀ ਜਿਹੜੇ ਸਿੰਘ ਸਨ ਉਹ ਵੀ ਮਹਾਰਾਜ ਦਾ ਪਰਿਵਾਰ ਦਾ ਹਿੱਸਾ ਹੀ ਇਹ ਵੀ ਕੋਈ ਗਲਤ ਗੱਲ ਨਹੀਂ ਕਿਉਂਕਿ ਮਹਾਰਾਜ ਤੇ ਸਿੰਘਾਂ ਦੇ ਵਿੱਚ ਪਿਓ ਪੁੱਤ ਦਾ ਰਿਸ਼ਤਾ ਹੈ 8 ਮਹੀਨੇ ਤੱਕ ਜਦੋਂ ਅਨੰਦਪੁਰ ਸਾਹਿਬ ਨੂੰ ਕੇੜਾ ਪਿਆ ਸੀ ਤੇ ਸਾਰੇ ਸਿੰਘ ਮਹਾਰਾਜ ਜੀ ਦੇ ਨਾਲ ਹੀ ਸਨ ਬਹੁਤ ਇਹੋ ਜਿਹੇ ਦਿਨ ਸੀ ਜਦੋਂ ਸਿੰਘਾਂ ਨੇ ਦਰਖਤਾ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਨਾ ਇਹਨਾਂ ਨੂੰ ਖਾਣ ਨੂੰ ਰੋਟੀ ਮਿਲੀ ਤੇ ਨਾ ਪਾਣੀ ਮਿਲਿਆ ਪਰ ਫਿਰ ਵੀ ਇਹਨਾਂ ਨੇ ਸਾਥ ਨਹੀਂ ਛੱਡਿਆ ਸੋ ਇਸ ਕਰਕੇ ਇਹਨਾਂ ਨੂੰ ਵੀ ਪਰਿਵਾਰ ਦਾ ਹਿੱਸਾ ਹੀ ਗਿਣਨਾ ਚਾਹੀਦਾ ਹੈ ਮਹਾਰਾਜ ਦੇ ਇਹ ਉਹ ਸਿੰਘ ਹੀ ਜਿਨ੍ਹਾਂ ਨੇ ਆਪਣੀ ਜਾਨ ਦੀਆਂ ਬਾਜ਼ੀਆਂ ਲਾਈਆਂ ਸੋ ਜਿਹੜੇ 500 ਸਿੰਘ ਨੇ ਇਹਨਾਂ ਦੇ ਕੀ ਨਾ ਹੀ ਇਹ ਤਾਂ ਹੀ ਨਹੀਂ ਜਾਣਦੇ ਕਿਉਂਕਿ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਹੀ ਨਹੀਂ ਹੈਗਾ ਇਤਿਹਾਸ ਵੀ ਕਦੇ ਬਹੁਤ ਨਾ ਇਨਸਾਫੀ ਕਰਦਾ ਸੂਰਮਿਆਂ ਨਾਲ ਇਹ ਕੋਈ ਇੱਕ ਵਾਰ ਨਹੀਂ ਇਹ ਵਾਰ-ਵਾਰੀ ਹੁੰਦਾ ਹੈ ਹੁਣ ਇਹ ਤੁਹਾਨੂੰ ਪਤਾ ਨਹੀਂ ਵੀ ਇਤਿਹਾਸ ਮਿਟਾ ਦਿੱਤਾ ਗਿਆ ਜਾਂ ਫਿਰ ਇਹਨਾਂ ਦੇ ਨਾਵਾਂ ਦਾ ਜ਼ਿਕਰ ਹੋਇਆ ਹੀ ਨਹੀਂ ਜੇ ਹੁਣ ਵੀਡੀਓ ਤੇ ਵਾਪਸ ਆਈ ਜਦੋਂ ਮਹਾਰਾਜ ਨੇ ਕਿਲਾ ਛੱਡਿਆ ਇਹਨਾਂ ਕਹਤ ਸਾਰਿਆਂ ਨੇ ਸੁਣਿਆ ਵੀ ਸਰਸਾ ਨਦੀ ਦੇ ਉੱਤੇ ਮਹਾਰਾਜ ਦਾ ਵਿਛੋੜਾ ਪੈ ਗਿਆ ਸੀ ਉਹਨਾਂ ਦੇ ਪਰਿਵਾਰ ਨਾਲ ਪਰ ਉਹ ਤੋਂ ਪਹਿਲਾਂ ਕੀ ਹੋਇਆ ਸੀ ਇਹਦੇ ਬਾਰੇ ਗੱਲ ਕਰਾਂਗੇ ਗੁਰੂ ਸਾਹਿਬ ਦਾ ਜਿਹੜਾ ਕਾਫਲਾ ਸੀ ਉਹ ਆਨੰਦਪੁਰ ਤੋਂ ਕੀਰਤਪੁਰ ਸਾਹਿਬ ਜਾ ਰਿਹਾ ਸੀ ਸਭ ਤੋਂ ਅੱਗੇ ਗੁਰੂ ਸਾਹਿਬ ਅਗਵਾਈ ਕਰ ਰਹੀ ਉਹਨਾਂ ਦੇ ਨਾਲ ਕੋਈ ਸੂਰਮੇ ਜਰਨੈਲ ਵੀ ਹੈਗੇ ਹੀ ਉਹਨਾਂ ਦੇ ਪਿੱਛੇ ਬੀਬੀਆਂ ਬੱਚੇ ਸੀਗੇ ਕਿਉਂਕਿ ਉਹਨਾਂ ਨੂੰ ਸੁਰੱਖਿਅਤ ਰੱਖਣਾ ਸੀ ਸੋ ਉਹਨਾਂ ਦੇ ਆਲੇ ਦੁਆਲੇ ਤਿਆਰਬਰ ਤਿਆਰ ਸਿੰਘ ਹੈਗੇ ਹੀ ਤੇ ਉਹਨਾਂ ਦੇ ਪਿੱਛੇ ਫਿਰ ਬਾਬਾ ਅਜੀਤ ਸਿੰਘ ਜੀ ਦਾ ਜਥਾ ਹੈਗਾ ਤੇ ਉਹਨਾਂ ਦੇ ਪਿੱਛੇ ਫਿਰ ਖਚਰਾ ਤੇ ਸਿੰਘਾ ਦਾ ਸਮਾਨ ਲੱਦਿਆ ਹੋਇਆ ਸੀ ਉਹ ਕਾਲੀ ਬੁੜੀ ਰਾਤ ਸੀ ਸਾਰਾ ਕੁਝ ਉੱਤੇ ਸ਼ਾਂਤ ਸੀਗਾ ਕੋਈ ਵੀ ਇੱਕ ਦੂਜੇ ਨਾਲ ਗੱਲਾਂ ਨਹੀਂ ਕਰ ਰਿਹਾ ਸੀ ਜਦੋਂ ਉਹ ਨਿਰਮੋਹ ਘਰ ਦੇ ਨੇੜੇ ਪਹੁੰਚਿਆ ਗੁਰਗੋਬਿੰਦ ਸਿੰਘ ਮਾੜੇ ਦਾ ਕਾਫਲਾ ਤੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਆਪਣੀਆਂ ਸਾਰੀਆਂ ਕਸਮਾਂ ਤੋੜ ਕੇ ਤੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਵੇਹ ਤੇ ਗੁਰੂ ਸਾਹਿਬ ਨੂੰ ਇਹ ਪਤਾ ਹੀ ਵੀ ਇਹ ਚੋਰ ਹੀ ਨੇ ਮਤਲਬ ਇਹਨਾਂ ਨੇ ਕਦੇ ਸੱਚ ਬੋਲਣਾ ਨਹੀਂ ਇਹਨਾਂ ਵੱਲ ਝੂਠੀਆਂ ਕਸਮਾਂ ਹੀ ਖਾਧੀਆਂ ਨੇ ਸੋ ਇਹ ਸਿੱਖੀ ਦਾ ਸਿਧਾਂਤ ਵੀ ਹੈ ਵੀ ਕਦੇ ਵੀ ਜਿਹੜਾ ਬੰਦਾ ਕਸਮਾਂ ਖਾਂਦਾ ਹੈ ਉਸ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਜਿਹੜੇ ਬੰਦੇ ਦੇ ਅੰਦਰ ਮੈਲ ਹੈ ਜਿਹੜਾ ਬੰਦਾ ਝੂਠਾ ਵਾ ਉਹਨੂੰ ਲੋੜ ਪੈਂਦੀ ਕਸਮਾਂ ਖਾਣ ਦੀ ਜਿਹੜਾ ਬੰਦਾ ਸੱਚਾ ਉਹਨੂੰ ਕੀ ਲੋੜ ਕਸਮਾਂ ਖਾਣ ਦੀ ਜਿਹਦੇ ਅੰਦਰ ਸੱਚ ਹੈ ਨਾ ਉਹ ਨਹੀਂ ਖਾਂਦਾ ਕਸਮਾਂ ਕਿਉਂਕਿ ਉਹਨੂੰ ਪਹਿਲੇ ਹੀ ਪਤਾ ਹੁੰਦਾ ਵੀ ਮੇਰੇ ਅੰਦਰ ਸੱਚ ਹੈ ਤੇ ਇਹਦਾ ਕੋਈ ਪ੍ਰਮਾਣ ਦੇਣ ਦੀ ਵੀ ਮੈਨੂੰ ਲੋੜ ਨਹੀਂ ਇਕੱਲਾ ਛੱਡਣ ਤੋਂ ਪਹਿਲਾਂ ਮਾਧਿ ਨੇ ਆਪਣੇ ਸਿੰਘਾਂ ਨੂੰ ਕਿਹਾ ਸੀ ਬੁਰੀ ਹੋਤ ਤੁਮਰੇ ਸਿਰ ਭਾਈ ਪਹਿਲਾਂ ਤੇ ਗੁਰੂ ਸਾਹਿਬ ਨੇ ਸਮਝਾਇਆ ਸੀ ਵੀ ਥੋੜੀ ਜਿਹਾ ਹੋਰ ਰੁਕ ਜੋ ਇਹ ਮੁਗਲਾਂ ਪਈ ਦੌਰ ਜਾਣਗੇ ਮਾਧਿ ਨੇ ਕਿਹਾ ਜੋ ਵੀ ਕੁਛ ਹੋਣਾ ਹੋਇਆ ਉਹਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੀ ਕੋਈ ਇਹਦੇ ਵਿੱਚ ਜ਼ਿੰਮੇਵਾਰੀ ਨਹੀਂ ਮਹਾਰਾਜ ਨੂੰ ਇਹਨਾਂ ਦੇ ਮਾਨ ਤੇ ਪਹਿਲੇ ਹੀ ਸ਼ੱਕ ਸੀ ਕਿਉਂਕਿ ਜਿਹੜਾ ਕਾਲ ਪ੍ਰਖ ਰੂਪ ਹੋਵੇ ਉਹਨੂੰ ਤੇ ਸਾਰਾ ਕੁਝ ਪਤਾ ਹੁੰਦਾ ਪਰ ਫੇਰ ਵੀ ਮਹਾਰਾਜ ਨੇ ਕਿਲਾ ਛੱਡਿਆ ਜੋ ਕੁਛ ਮਹਾਰਾਜ ਨੇ ਸੋਚਿਆ ਹੀ ਉਹ ਹੀ ਸਾਰਾ ਕੁਝ ਹੋਇਆ ਨਿਰਮੋਗੜ ਪਹੁੰਚਦਿਆਂ ਹੀ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਮਹਾਰਾਜ ਦੇ ਉੱਤੇ ਹਮਲਾ ਕਰ ਦਿੱਤਾ ਸ਼ਾਂਤ ਚਲਦੇ ਮਹਾਰਾਜ ਦੇ ਕਾਫਲੇ ਦੇ ਵਿੱਚ ਅਚਾਨਕ ਹੀ ਹਲਚਲ ਜਹੀ ਪੈਦਾ ਹੋ ਗਈ ਪਰ ਮਹਾਰਾਜ ਦਾ ਹੁਕਮ ਹੀ ਵੀ ਵਹੀਰ ਨੂੰ ਨਹੀਂ ਰੁਕਣ ਦੇਣਾ ਫੇਰ ਭਾਈ ਉਦੇਸ਼ ਇੱਕ ਜਾਂਦੇ ਨੇ ਆਪਣੇ ਜਥੇ ਦੇ ਨਾਲ ਤੇ ਮੁਗਲਾਂ ਨੂੰ ਰੋਕਦੇ ਨੇ ਭਾਈ ਉਦੇਸ਼ ਸਿੰਘ ਉਹ ਸੁਰਮਾ ਹੀ ਜਿਹੜਾ ਕੇਸਰੀ ਚੰਦ ਦਾ ਸਿਰ ਵੱਢ ਕੇ ਲੈ ਕੇ ਆਇਆ ਸੀ ਭਾਈ ਉਦੇਸ਼ ਸਿੰਘ ਨੇ ਫਿਰ ਜਾ ਕੇ ਮੂਲਾ ਦਾ ਰਾਹ ਰੋਕਿਆ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਂਕ ਦੀਆਂ ਵੀਡੀਓਜ਼ ਬਹੁਤ ਚੱਲਦੀਆਂ ਨੇ ਤੇ ਇੱਕ ਪ੍ਰੈਂਕ ਉਸ ਸਮੇਂ ਮੁਗਲਾਂ ਨਾਲ ਵੀ ਹੋਇਆ ਸੀ ਉਹਨਾਂ ਨੇ ਪਹਿਲਾਂ ਤੇ ਭਾਈ ਉਦੇਸ਼ ਸਿੰਘ ਨੂੰ ਗੁਰਗੋਬਿੰਦ ਸਿੰਘ ਸਾਹਮਣੇ ਲਿਆ ਸੀ ਇਹ ਇਤਿਹਾਸ 'ਚ ਜ਼ਿਕਰ ਮਿਲਦਾ ਵਾ ਵੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਭਾਈ ਉਦੇਸ਼ ਸਿੰਘ ਨੂੰ ਆਪਣਾ ਬਾਣਾ ਪਵਾਇਆ ਸੀ ਇਹ ਜ਼ਿਕਰ ਵਹਿ ਭਾਈ ਸੰਗਤ ਸਿੰਘ ਨਾਲ ਵੀ ਹੈਗਾ ਵਾ ਵੀ ਉਹਨਾਂ ਨੂੰ ਵੀ ਮਹਾਰਾਜ ਨੇ ਆਪਣਾ ਬਾਣਾ ਬਵਾਇਆ ਸੀ ਤੇ ਕਲਗੀ ਸਜਾਈ ਸੀ ਭਾਈ ਉਦਾਸ ਸਿੰਘ ਦੇ ਪੈਰਾਵੇ ਕਰਕੇ ਮੁਗਲ ਇਹ ਸੋਚਦੇ ਰਹੇ ਵੀ ਜਿਹੜੀ ਸਾਡੀ ਜੰਗ ਹੋ ਰਹੀ ਵਾ ਉਹ ਗੁਰਗੋਬਿੰਦ ਸਿੰਘ ਨਾਲ ਹੋ ਰਹੀ ਹੈ ਨਾ ਕਿ ਭਾਈ ਉਦਾਸ ਸਿੰਘ ਨਾਲ ਫਿਰ ਉਹਨਾਂ ਨੇ ਹੋਰ ਤੇਜ਼ ਹਮਲਾ ਕਰਤਾ ਫਿਰ ਉੱਥੇ ਭਾਈ ਉਦਾਸ ਸਿੰਘ ਦੀ ਸ਼ਹੀਦੀ ਹੋ ਗਈ ਮੁਗਲਾਂ ਨੇ ਫਿਰ ਬਹੁਤ ਖੁਸ਼ੀ ਮਨਾਈ ਵਾ ਹੀ ਤੇ ਗੁਰਗੋਬਿੰਦ ਸਿੰਘ ਮਾਦਰ ਨੂੰ ਖਤਮ ਕਰ ਦਿੱਤਾ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਕੋਈ ਹੋਰ ਸਿੰਘ ਹੀਗਾ ਤਾਹੀ ਤੇ ਫਿਰ ਐਵੇਂ ਕੋਸ਼ਿਸ਼ ਹੋਣ ਡੇ ਵਾ ਪਹਿਲਾਂ ਤੇ ਉਹ ਜਸ਼ਨ ਹੀ ਮਨਾਏ ਉਹਦੇ ਵਿੱਚ ਉਹਨਾਂ ਦਾ ਟਾਈਮ ਵੇਸਟ ਹੋ ਗਿਆ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੋਈ ਹੋਰ ਸਿੰਘ ਹੀ ਨਾ ਕਿ ਗੁਰਗੋਬਿੰਦ ਸਿੰਘ ਮਹਾਰਾਜ ਉਦੋਂ ਤੱਕ ਗੁਰਗੋਬਿੰਦ ਸਿੰਘ ਦਾ ਜਿਹੜਾ ਕਾਫਲਾ ਸੀ ਉਹ ਸਰਸਨਾਈ ਤੱਕ ਪਹੁੰਚ ਜਾਂਦਾ ਵਾ ਜੇ ਗੱਲ ਕਰੀਏ ਭਾਈ ਬਜੇਤਰ ਸਿੰਘ ਜੀ ਦੀ ਜਿਨ੍ਹਾਂ ਨੇ ਹਾਥੀ ਦਾ ਸਿਰ ਪਾ ਲਿਆ ਸੀ ਉਹ ਵੀ ਇੱਥੇ ਬਹੁਤ ਬਹਾਦਰੀ ਨਾਲ ਲੜੇ ਤੇ ਉਹਨਾਂ ਨੇ ਵੀ ਸ਼ਹਾਦਤ ਪ੍ਰਾਪਤ ਕੀਤੀ ਇੱਥੇ ਜੇ ਗੱਲ ਕਰੀਏ ਸਿਕਾਉਂ ਦੀ ਪਹਿਲੀ ਸ਼ਹੀਦ ਬੀਬੀ ਦੀ ਬੀਬੀ ਪਿੱਖਾਂ ਸੋ ਜਦੋਂ ਗੁਰਗੋਬ ਸਿੰਘ ਨੂੰ ਖਬਰ ਮਿਲੀ ਵੀ ਅਰੰਧਪੁਰ ਨੂੰ ਕੇਰਾ ਪੈ ਚੁੱਕਾ ਹੈ ਤੇ ਉਹਨਾਂ ਨੇ ਫਿਰ ਸਾਰਿਆਂ ਨੂੰ ਕਿਹਾ ਵੀ ਜਿਹੜੇ ਵੀ ਪਰਿਵਾਰਾਂ ਵਾਲੇ ਇੱਥੇ ਵੱਸਦੇ ਨੇ ਉਹ ਸਾਰੇ ਤੋਂ ਛੱਡ ਕੇ ਚੱਲ ਜਿਓ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਕਿਸੇ ਦੇ ਵੀ ਪਰਿਵਾਰ ਦਾ ਨੁਕਸਾਨ ਹੋਵੇ ਅੱਜ ਕੱਲ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਆਪਣੇ ਪਰਿਵਾਰ ਸੇਫ ਕਰ ਲੈਂਦੇ ਨੇ ਪਿੱਛੋ ਕਿਸਕ ਜਾਂਦੇ ਨੇ ਤੇ ਦੂਜਿਆਂ ਦੇ ਪਰਿਵਾਰਾਂ ਨੂੰ ਮੁਸ਼ਕਲ ਚ ਪਾ ਦਿੰਨੇ ਨੇ। ਇਹ ਅਕਸਰ ਦੁਨਿਆਵੀ ਬੰਦੇ ਹੁੰਦੇ ਨੇ ਸਾਡੇ ਵਰਗੇ ਪਰ ਉਹ ਗੁਰੂ ਆਕਾਰ ਪ੍ਰ ਰੂਪ ਹੈ ਉਹਨੂੰ ਕੋਈ ਮੋ ਨਹੀਂ ਪਰਿਵਾਰਾਂ ਦਾ। ਮਹਾਰਾਜ ਨੇ ਆਪਣੇ ਆ ਪਰਿਵਾਰਾਂ ਨੂੰ ਸੁਰੱਖਿਅਤ ਨਹੀਂ ਕੀਤਾ ਬਲਕਿ ਦੂਜਿਆਂ ਪਰਿਵਾਰਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਛੱਡ ਕੇ ਚੱਲ ਜਿਓ। ਦੂਜਿਆਂ ਪਰਿਵਾਰਾਂ ਨੂੰ ਸੁਰੱਖਿਅਤ ਕੀਤਾ। ਜਦੋਂ ਰਾਸ਼ਨ ਮੁੱਕ ਗਿਆ ਸੀ ਉਦੋਂ ਵੀ ਮਾਤਾ ਗੁਜਰੀ ਜੀ ਤੇ ਮਹਾਰਾਜ ਦੇ ਸਹਬਜਾਦੇ ਉੱਥੇ ਹੀ ਮੌਜੂਦ ਸਨ। ਉਹਨਾਂ ਨੇ ਵੀ ਸਾਰਾ ਕੁਝ ਚੱਲਿਆ ਜਿਵੇਂ ਭੁੱਖ ਮਾਰੀ ਹੋ ਗਈ ਤੇ ਪਾਣੀ ਦੀ ਵੀ ਕਮੀ ਸੀ ਬਹੁਤ ਕੁਝ ਅਨਾਜ ਦੀ ਕਮੀ ਪੈ ਗਈ ਉੱਤੇ। ਤੁਸੀਂ ਸੋਚੋ ਨਿੱਗੀਆਂ ਕੈਨੇ ਕੁ ਯਾਰਾ ਕੀਤਾ ਹੋਊਗਾ ਇਦਾਂ ਤੇ ਬਹੁਤ ਦਿਨ ਹੋਣਗੇ ਜਦੋਂ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਿਆ ਹੋਣਾ ਤੇ ਮਹਾਰਾ ਸੱਚੇ ਪਾਤਸ਼ਾਹ ਦੂਜੇ ਲੋਕਾਂ ਨੂੰ ਕਹਿ ਰਹੇ ਨੇ ਵੀ ਜਿਹੜੇ ਪਰਿਵਾਰਾ ਵਾਲ ਨੇ ਉਹ ਆਨੰਦਪੁਰ ਛੱਡ ਕੇ ਚੱਲ ਜਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਤੁਸੀਂ ਮੁਸੀਬਤ ਚਾਓ ਸੋ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਜਦੋਂ ਇਹ ਵਚਨ ਕੀਤੇ ਉਦੋਂ ਬਹੁਤ ਪਰਿਵਾਰ ਜਿਹੜੇ ਹੀ ਉਹ ਆਨੰਦਪੁਰ ਛੱਡ ਕੇ ਚੱਲ ਗਏ ਹੀ ਪਰ ਬੀਬੀ ਪਿੱਖਾ ਨੇ ਆਨੰਦਪੁਰ ਛੱਡਣ ਤੋਂ ਮਨਾ ਕਰ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਤੱਕ ਇਹ ਖਬਰ ਪਹੁੰਚੀ ਤੇ ਉਹਨਾਂ ਨੇ ਬੀਬੀ ਪਿੱਖਾ ਨੂੰ ਸਵਾਲ ਕੀਤਾ ਬੀਬੀ ਪਿੱਖਾ ਕਹਿਣ ਲੱਗੀ ਮਹਾਰਾਜ ਜੀ ਤੁਸੀਂ ਕਿਹਾ ਹੀ ਪਰਿਵਾਰਾਂ ਵਾਲੇ ਆਨੰਦਪੁਰ ਛੱਡ ਜੋ ਤੇ ਅਹੀਂ ਕਿਵੇਂ ਆਨੰਦਪੁਰ ਛੱਡ ਜੀ ਸਾਡਾ ਪਰਿਵਾਰ ਤੇ ਤੁਸੀਂ ਜੋ ਜੇ ਤੁਸੀਂ ਆਨੰਦਪੁਰ ਨਹੀਂ ਛੱਡਿਆ ਤੇ ਅਹੀਂ ਕਿਵੇਂ ਆਨੰਦਪੁਰ ਛੱਡਦੀਏ ਬੀਬੀ ਪਿੱਖਾ ਦੇ ਪਤੀ ਦਾ ਨਾਂ ਹੀ ਭਾਈ ਆਲਮ ਸਿੰਘ ਨਾ ਚਣਾ ਤੇ ਉਹਨਾਂ ਦੇ ਪਿਤਾ ਦਾ ਨਾਂ ਹੀ ਭਾਈ ਬੱਜਰ ਸਿੰਘ ਭਾਈ ਬੱਜਰ ਸਿੰਘ ਨੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਗੱਤਕੇ ਦੀ ਸਿਖਲਾਈ ਦਿੱਤੀ ਸੀ ਸੋ ਬੀਬੀ ਪਿੱਖਾ ਪਾਈ ਬੱਜਰ ਸਿੰਘ ਦੀ ਤੀਹੀ ਤੇ ਐਸੇ ਕਿ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਸੀ ਪਾਈ ਬਜਤਰ ਸਿੰਘ ਬੀਬੀ ਪਖਾਂ ਪਾਈ ਉਦਾਸ ਸਿੰਘ ਇਹ ਸਰਸਨਾਈ ਤੇ ਮੁਗਲਾਂ ਨੂੰ ਰੋਕ ਰਹੇ ਸੀ ਤੇ ਇਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ 6 ਪੋਦੀ ਰਾਤ ਨੂੰ ਮਾਰਜ ਨਿਕਲਾ ਛੱਡਿਆ ਸੀ ਤੇ ਜਦੋਂ ਸਰਸਨਾਈ ਤੇ ਪਹੁੰਚੇ ਤਾਂ 7 ਪੋਦੀ ਸਵੇਰ ਹੋ ਚੁੱਕੀ ਸੀ ਤੇ ਸਰਸਨਾਈ ਤੇ ਮਾਰਜ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਛੋਟੇ ਸਾਹਿਬ ਜੀ ਆਦਾਨ ਤੇ ਮਾਤਾ ਗੁਜਰੀ ਜੀ ਦਾ ਵਿਛੋੜਾ ਪੈ ਗਿਆ ਸੀ ਤੇ ਉਹ ਇੱਕ ਪਾਸੇ ਆ ਗਏ ਸੀ ਉਹ ਸਾਹਿਬ ਜੀ ਫਿਰ ਮਾਤਾ ਗੁਜਰੀ ਜੀ ਨੂੰ ਪੁੱਛਦੇ ਰਹਿੰਦੇ ਨੇ ਵੀ ਅਸੀਂ ਕਿੱਥੇ ਜਾ ਰਹੇ ਹਾਂ ਉਹ ਸਾਰੇ ਸੀਨ ਨੂੰ ਆਪਾਂ ਆਪਣੀ ਅੱਖਾਂ 'ਗੇ ਇਮੇਜਿਨ ਕਰੀਏ ਵੀ ਕਿਵੇਂ ਭਰਾਵਾਂ ਦਾ ਵਿਛੋੜਾ ਪਿਆ ਹੋਣਾ ਕਿਵੇਂ ਛੋਟੇ ਸਾਹਿਬ ਜਾਦੇ ਨੇ ਖੀਲਲੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ ਕੀ ਕੀ ਸਵਾਲ ਉਹ ਮਾਤਾ ਗੁਜਰੀ ਜੀ ਨੂੰ ਪੁੱਛਦੇ ਹੋਣਗੇ ਇਸ ਤੋਂ ਬਾਅਦ ਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਨਹੀਂ ਵੇਖਿਆ ਸਤਪੋਦੀ ਸਵੇਰ ਚੜੀ ਪਿਛੋਂ ਮੁਗਲ ਹਮਲਾ ਕਰ ਰਹੇ ਨੇ ਫਿਰ ਵੀ ਮਹਾਰਾਜ ਨੇ ਸਰਸਾ ਨਹੀਂ ਦੇ ਕੰਡੇ ਤੇ ਹੁਕਮ ਕੀਤਾ ਵੀ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਜਾਵੇ ਸਾਰੇ ਸਿੰਘ ਸੋਚਾਂ ਚ ਪੈ ਗਏ ਵੀ ਮਹਾਰਾਜ ਕਹਿੰਦੇ ਆਸਾ ਕੀ ਵਾਰ ਦਾ ਕੀਰਤਨ ਕਰੋ ਇੱਥੇ ਮੁਗਲ ਕਦੇ ਵੀ ਆ ਸਕਦੇ ਨੇ ਇੰਨੀਆਂ ਮੁਸ਼ਕਲਾਂ ਦੇ ਵਿੱਚ ਮਹਾਰਾਜ ਆਸਾ ਕੀ ਵਾਰ ਦਾ ਕੀਰਤਨ ਕੀਤਾ ਤੇ ਹੁਣ ਤੁਸੀਂ ਵੇ ਹੇਗਾ ਸੋਖ ਸਹੂਲਤਾ ਨੇ ਵੱਡੇ ਵੱਡੇ ਘਰ ਨੇ ਕੋਠੀਆਂ ਨੇ ਪਰ ਜਿਤ ਨਿਤਨੇਮ ਨਹੀਂ ਹੁੰਦਾ ਸਾਡੇ ਕੋਲੋਂ ਉਹ ਫਿਰ ਉਹਨਾਂ ਦੀ ਕੋਈ ਅਹਿਮਤ ਨਹੀਂ ਰਹਿ ਜਾਂਦੀ ਸੋਖ ਸਹੂਲਤਾ ਦੀ ਨਿਤਨੇਮ ਕਰਨ ਨਾਲੋਂ ਠੰਡੇ ਬਰਦ ਚ ਵੀ ਸੋਖੀ ਲੱਗਦਾ ਜਿਹੜਾ ਤੇ ਨਹੀਂ ਕਰਦਾ ਉਹਦੇ ਕੋਲ ਤੇ ਸਾਰੀਆਂ ਦੁਨੀਆਂ ਦੀਆਂ ਸੋਖ ਸਹੂਲਤਾ ਆ ਜਾਣ ਫਿਰ ਵੀ ਉਹਨੂੰ ਸੋਖ ਨਹੀਂ ਲੱਗਦਾ ਜਿਹੜਾ ਤੇ ਨਿਤਨੇਮ ਕਰਦਾ ਉਹਨੂੰ ਤੇ ਸਾਰੀ ਦੁਨੀਆਂ ਪਰ ਦਾ ਦੁੱਖ ਦੇ ਦਵੋ ਪਰ ਉਹਨੂੰ ਦੁੱਖ ਹੀ ਨਹੀਂ ਮੰਨਦਾ ਹੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ ਉਹ ਤੇ ਮੰਨਦਾ ਹੀ ਨਹੀਂ ਵੀ ਮੇਰੇ ਕੋਲ ਦੁੱਖ ਹੈਗਾ ਵਾ ਉਹ ਤੇ ਕਹਿੰਦਾ ਪਾਣਾ ਹੀ ਆ ਉਹਨੂੰ ਤੇ ਪਾਣਾ ਮਿੱਠਾ ਲੱਗਣ ਲੱਗ ਪੈਂਦਾ ਤੇਰਾ ਕੀ ਆ ਮਿੱਠਾ ਲੱਗਿਆ ਸਿੰਘ ਮੰਗਲਾਂ ਨੂੰ ਰੋਕ ਰਹੀ ਜਿਸ ਕਾਰਨ ਸ਼ਹੀਦ ਵੀ ਹੋ ਰਹੀ ਫਿਰ ਆਸਾ ਕੀ ਵਾਰ ਕਰਨ ਤੋਂ ਬਾਅਦ ਗੁਰਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਲਿਆ ਵੀ ਹੁਣ ਸਰਸਾ ਨਦੀ ਨੂੰ ਪਾਰ ਕੀਤਾ ਜਾਵੇਗਾ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਤੇ ਸਹਬਜ਼ਾਦੇ ਤੇ ਮਾਤਾ ਗੁਜਰੀ ਇੱਕ ਪਾਸੇ ਆ ਗਏ ਤੇ ਗੁਰਗੋਬਿੰਦ ਸਿੰਘ ਤੇ ਉਹਨਾਂ ਦੇ ਵੱਡੇ ਸਹਬਜ਼ਾਦੇ ਇੱਕ ਪਾਸੇ ਹੋ ਗਏ ਉਹਨਾਂ ਦਾ ਵਿਛੋੜਾ ਪੈ ਗਿਆ ਕਿਉਂਕਿ ਉਹ ਦਿਨ ਮੀਂਹ ਬਹੁਤ ਪੈ ਰਿਹਾ ਸੀ ਕਾਲੀ ਬੋੜੀ ਰਾਤ ਹੀ ਉਦਮੀ ਵਾ ਪੈ ਰਿਆ ਸੀ ਸੋ ਜਿੰਨਾ ਕਾਰਨਾ ਕਰਕੇ ਮਹਾਰਾਜ ਦਾ ਤੇ ਮਾਰ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਉਹ ਅਖੀਲਾ ਦਿਨ ਸੀ ਜਦੋਂ ਮਾਰ ਨੇ ਆਪਣੇ ਸਹਿਬ ਜਾਇ ਤੇ ਮਾਤਾ ਜੀ ਨੂੰ ਵੇਖਿਆ ਸੀ ਉਦੋਂ ਫਿਰ ਮਾਰ ਦਾ ਪਰਿਵਾਰ ਜਿਹੜਾ ਸੀ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਪਤਾ ਨਹੀਂ ਕਿੰਨੇ ਹੀ ਸਿੰਘ ਉਹ ਕਾਲੀ ਬੋੜੀ ਰਾਤ ਖਾ ਗਈ ਕਿੰਨੇ ਹੀ ਸਿੰਘ ਤਾਂ ਸ਼ਹੀਦ ਹੋਏ ਹੋਣਗੇ ਜਿਨ੍ਹਾਂ ਦੇ ਸਾਨੂੰ ਨਾ ਵੀ ਨਹੀਂ ਪਤਾ ਤੇ ਜਿਹੜੇ ਨਹੀਂ ਸ਼ਹੀਦ ਹੋਏ ਉਹ ਵਿਛੜ ਗਏ ਸੀ ਉਦੋਂ ਫਿਰ ਨਾ ਕਿਸੇ ਪੁੱਤ ਨੂੰ ਆਪਣੀ ਮਾਂ ਮਿਲ ਤੇ ਨਾ ਕਿਸੇ ਭਰਾ ਨੂੰ ਆਪਣਾ ਭਰਾ ਮਿਲਿਆ ਉਸ ਤੋਂ ਬਾਅਦ ਫਿਰ ਗੁਰਗੋਬਿੰਦ ਸਿੰਘ ਮਾਰਾਈ ਰਾਤ ਤੱਕ ਜਮਕੋਤ ਸਪਉਦੇ ਨੇ ਉਹਨਾਂ ਨਾਲ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਤੇ ਹੋਰ ਸਿੰਘ ਸਨ ਤੇ ਬਾਬਾ ਫਤਿਹ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਮਾਤਾ ਗੁਜਰੀ ਜੀ ਇਹ ਸਾਰੇ ਗੰਗੂ ਦੇ ਘਰ ਜਾਂਦੇ ਨੇ ਕਿਵੇਂ ਬਾਬਾ ਅਜੀਤ ਸਿੰਘ ਦੀ ਬਾਬਾ ਜਗਤ ਸਿੰਘ ਦੀ ਚਮਕੌਰ ਦੇ ਜੁੱਧ ਮੈਦਾਨ ਦੇ ਵਿੱਚ ਮੁਗਲ ਵੱਟ ਵੱਟ ਕੇ ਸਿੱਟੇ ਕਿਵੇਂ ਚਾਹੂ ਕੋ ਸਿੰਘਾਂ ਨੇ ਫਿਰ 10 ਲੱਖ ਮੁਗਲਾਂ ਨਾਲ ਮੁਕਾਬਲਾ ਕੀਤਾ ਇਸ ਬਾਰੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਹੌਨ ਨਾ ਸੰਕਤ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਅਗਲੀ ਵੀਡੀਓ ਚਮਕੌਰ ਦੀ ਜੰਗ ਤੇ ਆਉਗੀ ਉਹ ਵੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ